ਕਿੱਥੋਂ ਆਏ ਤੁਸੀਂ? ਅਸੀਂ ਪਠਾਨਕੋਟ ਤੋਂ ਆਏ। ਠੀਕ ਹੈ। ਤੇ ਤੁਸੀਂ ਸਾਡੇ ਹਸਪੀਟਲ ਬਾਰੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ? ਐਕਚੁਅਲੀ ਆਰ 2 ਔਰ 3 ਪੀਪਲ ਆਲਰੇਡੀ ਗੋਨ ਟੂ ਦਿਸ ਸਰਜਰੀ ਫਰਮ ਦੈਟ ਹਸਪੀਟਲ ਸੋ ਵੀ ਗਾਟ ਦਿਸ ਨੋਲੇਜ ਐਂਡ ਮਾਈ ਨੀਅਰ ਐਂਡ ਹੇਅਰ ਆਲਸੋ ਫੇਸਿੰਗ ਦਿਸ ਇਸ਼ੂਸ ਫਰਮ ਪ੍ਰੀਵੀਅਸ ਹਸਪੀਟਲ ਯੂਸ ਸੋ ਵੀ ਗਾਟ ਦਿਸ from newspaper as well or YouTube channel somebody told us that there is a Samrana hospital in Salaam and you will visit there and you will be fine with their operation and something else. So we got this information and last before 2 weeks I got the surgery from this and I'm pretty happy with the services. One of the staff is very polite, all are very humble, even doctor is very polite. We met them in first time and he said that you will be fine as one time. So the services are excellent. So even one of the most important thing in the COVID pandemic period, so they are providing beautiful services. The hospital is a very neat and clean and it's such a great experience with me. When you go Rana, jadon main to surgery karwa ke gaya te mainu kafi bande ne approach out kita jehde mere colleagues near and dear se jo kehte ki yaar tu operation karwaya hai, ਤੂੰ ਕਿਸੇ ਨੂੰ ਪੁੱਛਿਆ ਹੈ, ਕਿਸੇ ਨੂੰ ਨਹੀਂ ਪੁੱਛਿਆ ਕਿ ਤੂੰ ਸਿੱਧਾ ਹੀ ਚੱਲ ਗਿਆ ਉੱਥੇ ਆਪਰੇਸ਼ਨ ਕਰਾ। ਫਿਰ ਮੈਂ ਉਹਨਾਂ ਦੱਸਿਆ ਕਿ ਨਹੀਂ, ਮੇਰੇ ਪ੍ਰੀਵੀਅਸਲੀ ਵੀ 2-3 ਬੰਦੇ ਜਿਨ੍ਹਾਂ ਨੂੰ ਮੈਂ ਕੰਸਰਨ ਕੀਤਾ ਸੀਗਾ ਉਹ ਆਪਰੇਸ਼ਨ ਕਰਵਾ ਕੇ ਗਏ ਸੀ। ਅਤੇ ਉਸ ਤੋਂ ਬਾਅਦ ਮੇਰੇ ਚਾਚੀ ਜੀ ਮੇਰੇ ਨਾਲ ਬੈਠੇ ਹੋਏ ਨੇ ਅਤੇ ਇਹਨਾਂ ਨੂੰ ਵੀ ਕਾਫੀ ਸਾਲ ਤੋਂ ਪ੍ਰੋਬਲਮ ਸੀ। ਜ਼ਿਆਦਾਤਰ ਲੋਕ ਹਾਈਡ ਕਰਦੇ ਇਸ ਪ੍ਰੋਬਲਮ ਨੂੰ, ਜ਼ਿਆਦਾ ਐਕਸਪੋਜ਼ ਆਊਟ ਨਹੀਂ ਕਰਦੇ ਕਿਉਂਕਿ ਸੈਲਫ ਰਿਸਪੈਕਟ ਨੂੰ ਮਾਇਨੇ ਰੱਖਦੇ, ਕਿਉਂਕਿ ਕਹਿੰਦੇ ਯਾਰ ਕਿਸੇ ਨੂੰ ਕੀ ਦੱਸਣਾ ਕਿ ਮੈਨੂੰ ਇਹ ਪ੍ਰੋਬਲਮ। ਪਰ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਇਹ ਪ੍ਰੋਬਲਮ ਆਈ ਹੈ ਅਤੇ ਅਸੀਂ ਇਮੀਡੀਏਟ ਆਫਟਰ ਪਿਛਲੇ ਵੀਕ ਅਸੀਂ ਆ ਨਹੀਂ ਸਕੇ, ਨਹੀਂ ਤਾਂ ਸਾਡਾ ਪਲਾਨ ਪਿਛਲੇ ਵੀਕ ਦਾ ਹੀ ਸੀਗਾ ਕਿ ਉਹ ਕਹਿੰਦੇ ਕਿ ਚਲੋ ਪਤਾ ਲੱਗਿਆ ਕਿ ਮੈਂ ਕਿਹਾ ਮੈਨੂੰ ਕਾਫੀ ਫਰਕ ਆ ਹੁਣ ਆਰਾਮ ਹੈ ਅਤੇ ਮੈਨੂੰ ਹੋਪਸ ਹੋਇਆ ਕਿ ਫਿਊਚਰ 'ਚ ਵੀ ਮੇਰੀ ਜਿਹੜੀ ਰਿਕਵਰੀ ਆ ਉਹ ਰੇਟ ਚੰਗੀ ਰਹੇਗੀ ਅਤੇ ਮੈਂ ਖਾਣ ਪੀਣ 'ਚ ਵੀ ਅੱਛੀ ਚੀਜ਼ਾਂ ਖਾ ਸਕਾਂਗਾ। ਮੈਂ ਮੈਕਸੀਮਮ ਆਲਮੰਡਸ ਨਹੀਂ ਖਾ ਪਾਉਂਦਾ ਸੀ, ਗਰਮ ਚੀਜ਼ਾਂ ਤੋਂ ਬਹੁਤ ਪਰਹੇਜ਼ ਕਰਦਾ ਸੀ ਅਤੇ ਸੇਮ ਇਸ਼ੂ ਇਹਨਾਂ ਨੂੰ ਵੀ ਸੀਗਾ ਅਤੇ ਇਹਨਾਂ ਨੂੰ ਤਾਂ ਵੈਸੇ ਰਿਕਮੈਂਡੇਸ਼ਨ ਵੀ ਸੀਗੀ ਕਿ ਤੁਸੀਂ ਓਪਰੇਸ਼ਨ ਕਰਵਾਉਣਾ ਹੀ ਕਰਵਾਉਣਾ ਅਤੇ ਫਿਰ ਇਹ ਮੇਰੇ ਨਾਲ ਆਏ ਅਤੇ ਹੁਣ ਇਹਨਾਂ ਨੇ ਫਾਈਨਲੀ ਅੱਜ ਓਪਰੇਟ ਕਰਵਾ ਲਿਆ ਅਤੇ ਹੁਣ ਠੀਕ ਨੇ, ਅੱਛਾ ਫੀਲ ਕਰ ਰਹੇ ਨੇ ਅਤੇ ਅੱਗੇ ਦੇਖੋ ਹੁਣ ਕਿੰਨਾ ਅੱਛਾ ਫੀਲ ਕਰਦੇ ਨੇ। ਕੁਛ ਨੀ, ਕੋਈ ਖਾਸ ਨਹੀਂ ਲੱਗ ਰਿਹਾ ਕਿ ਮੈਂ ਸਰਜਰੀ ਕਰਵਾਈ ਹੈ, ਬਹੁਤ ਅੱਛਾ ਲੱਗ ਰਿਹਾ, ਬਹੁਤ ਅੱਛਾ ਫੀਲ ਹੋ ਰਿਹਾ। ਕਿਸੇ ਮਤਲਬ ਕਿ ਹੋਰਾਂ ਵਾਸਤੇ ਤੁਸੀਂ ਮਤਲਬ ਕਿ ਕਈ ਲੋਕ ਬਹੁਤ ਜ਼ਿਆਦਾ ਪਾਇਸ ਤੋਂ ਡਰਦੇ ਆ ਕਿ ਹਾਂ ਸਾਨੂੰ ਮਤਲਬ ਕਿ ਸ਼ਰਮ ਵੀ ਆਉਂਦੀ ਆ ਉਹਨਾਂ ਨੂੰ ਕਿ ਹਾਂ ਬਿਲਕੁਲ। ਮੈਂ ਤੁਸੀਂ ਉਸ ਉਹਨਾਂ ਬਾਰੇ ਕੋਈ ਮੈਸੇਜ ਦੇਣਾ ਚਾਹੋਗੇ ਕਿ ਹਾਂ ਮਤਲਬ ਕਿ ਇਹ ਪ੍ਰੋਬਲਮ ਤੋਂ ਡਰਨਾ ਨਹੀਂ ਚਾਹੀਦਾ? ਬਿਲਕੁਲ, ਮੈਂ ਇਹ ਦੱਸਾਂਗਾ ਮੇਰੀ ਏਜ ਬਹੁਤ ਘੱਟ ਆ, ਮੈਂ ਫਿਰ ਵੀ ਇਹ ਇਸ਼ੂ ਤੋਂ ਨਿਕਲ ਰਿਹਾ ਸੀਗਾ। ਫਿਰ ਵੀ ਮੈਨੂੰ ਲੋਕਾਂ ਨੇ ਕਿਹਾ ਕਿ ਤੂੰ ਮੈਡੀਸਨ ਨੂੰ ਫੋਲੋ ਕਰ, ਤੂੰ ਮੈਡੀਸਨ ਖਾ ਤੂੰ ਠੀਕ ਹੋ ਜਾਏਗਾ, ਰਿਕਵਰ ਹੋ ਜਾਏਗਾ। ਪਰ ਆਈ ਵਾਸ ਮੈਟ ਟੂ ਦ ਡਾਕਟਰ ਐਂਡ ਹੀ ਸੈਡ ਡਾਇਰੈਕਟਲੀ ਟੂ ਮੀ ਕਿ ਜਿਹੜੀਆਂ ਇਹ ਪ੍ਰੋਬਲਮਸ ਹੁੰਦੀਆਂ ਇਟ ਕੈਨ ਪਰਕਿਊਰ ਇਨ 2 ਜਾਂ 3 ਈਅਰਸ ਮੋਰ ਦੈਨ ਦੈਟ। ਸੋ ਮੈਂ ਉਸ ਟਾਈਮ ਇਹ ਸੋਚਿਆ ਕਿ ਯਾਰ ਬੈਟਰ ਦੈਨ ਕਿ ਮੈਂ ਕਿਹਾ ਡਾਕਟਰ ਵਾਟ ਸ਼ੁੱਡ ਬੀ ਦ ਬੈਸਟ ਆਈਡੀਆ ਟੂ ਗੈਟ ਇਟ ਆਊਟ ਫਰੋਮ ਦੀਸ ਥਿੰਗਸ। ਸੋ ਕਹਿੰਦੇ ਦੈਟ ਇਜ਼ ਦੀ ਆਪਰੇਸ਼ਨ। ਸੋ ਆਈ ਜਸਟ ਸਟੇਟਿੰਗ ਸੇ ਯੈਸ ਦੈਟ ਕਿ ਮੇਰਾ ਆਪਰੇਸ਼ਨ ਕਰੋ। ਮੈਂ ਡੈਫੀਨੇਟਲੀ ਕਹਾਂਗਾ ਇਸ ਬਿਮਾਰੀ ਨੂੰ ਲੁਕਾਉਣਾ ਨਹੀਂ ਚਾਹੀਦਾ, ਜੇ ਤੁਹਾਨੂੰ ਹੈਗੀ ਹੈ ਤਾਂ ਤੁਸੀਂ ਇਹਨੂੰ ਦੱਸੋ ਜਲਦੀ ਤੋਂ ਜਲਦੀ ਠੀਕ ਹੋਵੋਗੇ, ਤੁਸੀਂ ਉਹ ਚੀਜ਼ਾਂ ਨੂੰ ਖਾ ਪਾਓਗੇ ਜਿਨ੍ਹਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ ਜਾਂ ਤੁਸੀਂ ਅੰਦਰ ਚਾਹ ਰੱਖਦੇ ਹੋ ਕਿ ਮੈਂ ਖਾ ਪਾਵਾਂ। ਪਰ ਉਹ ਕੀ ਹੁੰਦਾ ਕਿ ਅਸੀਂ ਸੋਚ ਰਹੇ ਕਿ ਮੈਨੂੰ ਬਲੀਡਿੰਗ ਨਾ ਹੋ ਜਾਏ ਜਾਂ ਮੇਰੇ ਸਵੈਲਿੰਗ ਨਾ ਹੋ ਜਾਏ, ਮੈਂ ਦਰਦ ਨਾ ਹੋ ਜਾਏ, ਮੈਨੂੰ ਇਹ ਚੀਜ਼ਾਂ ਤੋਂ ਡਰਦੇ ਰਹਿੰਦੇ ਹਾਂ। ਮੈਨੂੰ ਕੋਈ ਮੇਜਰ ਇਸ਼ੂ ਨਹੀਂ ਸੀਗਾ, ਪਰ ਮੈਨੂੰ ਕਦੇ ਕਦੇ ਬਲੀਡਿੰਗ ਦਾ ਇਸ਼ੂ ਆਉਂਦਾ ਸੀਗਾ, ਪਰ ਮੈਂ ਹੁਣ ਰੀਲੀ ਹੈਪੀ ਕਿ ਮੈਂ ਸ਼ੁਰੂ ਕਰਦਾ ਖਾਣਾ। ਫਿਲਹਾਲ ਮੈਂ ਪਰਹੇਜ਼ ਕਰ ਰਿਹਾ, ਪਰ ਇਨ ਸੋਨ ਟਾਈਮ ਮੈਂ ਖਾਣਾ ਸ਼ੁਰੂ ਕਰ ਦਾਂਗਾ। ਪਰ ਮੈਂ ਇਹੀ ਚਾਹਾਂਗਾ ਕਿ ਤੁਸੀਂ ਅਗਰ ਇਹ ਪ੍ਰੋਬਲਮ ਫੇਸ ਕਰ ਰਹੇ ਹੋ, ਤੁਸੀਂ ਆਓ, ਵਿਜ਼ਿਟ ਕਰੋ। ਸੱਚ ਅ ਨਾਈਸ ਸਟਾਫ, ਬਹੁਤ ਵਧੀਆ, ਡੀਲਿੰਗ ਬਹੁਤ ਅੱਛੀ ਹੈ, ਅਤੇ ਮੈਂ ਡੈਫੀਨੇਟਲੀ ਚਾਹਾਂਗਾ ਕਿ ਤੁਸੀਂ ਆ ਕੇ ਅਪਡੇਟ ਕਰਵਾ ਸਕੋ। ਥੈਂਕ ਯੂ ਸਰ।